السلام علیکم ویورز، میں آتے فہیر، آتے فہیر دسی بلاز دینات. الحمدللہ میں خیر خیریت نال ہاں. امید کرنا کہ سارے دوست بہن بھائی آ بھی ٹھیک ہو گئے. ویورز آج میں آیا ہوں تھوڑا باہر، ایسی جپسم منگوائی ہے جس جپسم اپنی زمین واسطے، تھوڑی کراٹ زمین واسطے، تو لیبر وغیرہ واسطے کول آیا ہوں، تو لیبر وغیرہ لا رہی ہے تو وہ چیک کروانا. ڈرائیور حضرات آئے بس تو شریف کو انہوں نے گپ شپ لانے ہو گپ شپ لانے سارا سینے آئیے کس طرح آئیے کتنے گٹو آئے نا سارا تم دس. کھانا کھا لیا جی؟ مامو نے لیبر کھانا کھادا، یہ بھائی ڈرائیور صاحب نے، کیا حال ہے؟ ٹھیک ٹھاک. کیا نام تہاڈا؟ میرا نام محمد یاسر. یاسر یاسر بھائی کیا حال ہے؟ ٹھیک ہو؟ کتھوں آئے ہو؟ کونسا شریف تو؟ ماشاء اللہ ماشاء اللہ. کونسا دربار ہی بڑا مشہور ہے؟ خواجہ سلمان. اچھا اور سب فریاد ہے؟ جپسم لے کے آؤ. کتنے گٹو لے کے آؤ؟ ہزار گٹو. ٹھیک ہو گیا. چلو کیا ریٹ تے ملی ہے؟ ویورز میں ہوں جا رہا ہوں، ہاں تم دکھانے ہوں جو ایسے جسم منگوائیے تھے. او لیبر لگی ہے تو وہ ہلاتا ہوں دکھانے کا. ہزار تھوڑا آیا، کتنا؟ چار پانچ سو اتر گیا. استاد ایک منٹ بس ویڈیو بنا. جپسم میں مزدور لگے نے جی، سخت گرمی دے وچ بھائی ہورا کام کر رہے نے. میں نمبر لے لینا تو دور کافی ساری ہے جس وجہ سے نا فرصت نہ پائے گا. گرمی بہت شدید ہے، مزدور لگے نے تے کون دسے نا سب ٹائم کی ہویا. دسانا تون ٹائم جی سب چورنجا منٹ ہو چکا اس گرمی دے نال، مزدور لگے نے بہت زیادہ محنت کر رہے ماشاء اللہ. اپنا کام کاج کر رہے ہیں
ਬਸ ਹੁਣ ਜਾਂਦੇ ਵਾ ਤੇ ਚਲੀਏ। ਹਾਂ ਚਲੀਏ, ਚਲ ਠੀਕ, ਸਾਰਾ ਸਮਾਨ ਪਹੁੰਚ ਲਿਆ। ਚਲੋ ਚਲੋ ਠੀਕ ਹੈ, ਅਸੀਂ ਚੱਲਦੇ ਹਾਂ। ਤੇ ਕੂਲਰ ਵਗੈਰਾ ਵਾ ਨਾ, ਗਿਲਾਸ ਵਗੈਰਾ ਕੂਲਰ, ਇਹ ਬਾਅਦ ਮੈਂ ਆਉਂਦਾ ਹੁਣ ਵੱਤ। ਮੈਂ ਤਾਂ ਕਾਲ ਕਰ ਸਕਦਾ ਨਾ, ਖੰਡਾਈ ਨਾ ਚਾਹ ਸ਼ਾਮ ਦੇਵਣੀ ਪਾਉਣੀ ਆ ਸਭ ਜਾਣ। ਚਲੋ ਠੀਕ ਠੀਕ ਹੈ, ਠੀਕ ਅਗਰ ਨਾ ਖਿੰਡਾਈ ਸੁਬਹ ਖਿੰਡ ਜਾਣੇ ਤਾਂ ਬਸ ਕੂਲਰ ਮੈਂ ਖੇਤ ਫੇਰ। ਚਲੋ ਠੀਕ ਠੀਕ, ਅੱਛਾ ਫਿਰ ਅਸੀਂ ਹੁਣ ਚੱਲਣਾ ਕੰਮ ਆ ਜਾਓ ਵਾਸਤੇ। ਠੀਕ ਮੈਂ ਘਰ ਆ ਚੁੱਕਿਆ, ਸਰੀਰ ਗਰਮੀ ਹੈ। ਹੁਸੈਨ ਹੁਸੈਨ ਇੱਧਰ ਆ, ਅਥਾ ਹੁਸੈਨ ਹੁਸੈਨ ਇਹ ਬਹੁਤ ਤੰਗ ਕਰਦਾ ਦੇਖਿਆ, ਬਹੁਤ ਵੈਰੀ ਨਾਟੀ ਪਰਸਨ। ਜੀ ਵੀਰ, ਮੈਂ ਆਪਣਾ ਡੇਰੇ ਤੇ ਆਇਆ ਵਾ। ਦਰਅਸਲ ਸਭ ਮੈਂ ਗਿਆ ਸੋ, ਨੀਂਦਰ ਬੜੀ ਆਈ ਹੈ ਤੇ ਗਰਮੀ ਵੀ ਬੜੀ ਆਈ ਹੈ ਤੇ ਬੈਠੀ ਹਾਂ ਤੇ ਅੱਖ ਲੱਗ ਗਈ ਹੈ। ਇਸ ਵਕਤ ਮੈਂ ਗਿਆ ਵਾ, ਹੁਣ ਆ ਗਿਆ ਬਾਹਰ ਸਵੇਰੇ ਤੱਕ ਕਰੇ ਭਾਵੇਂ ਕੋ। ਕੀ ਹਾਲ ਹੈ, ਠੀਕ ਠਾਕ ਹੋ? ਤੁਸੀਂ ਸ਼ੁਭ ਠੀਕ ਹੈ, ਸਾਰੀ ਖੈਰ ਮੇਰੇ ਗਰਮੀ ਬੜੀ ਹੋਈ, ਟੈਂਪਰੇਚਰ ਕਾਫੀ ਜ਼ਿਆਦਾ ਹੈ ਤੇ ਅੱਛਾ ਜੀ ਤੋਂ ਨਾ ਇਹ ਸਾਰਾ ਕੁਛ ਕੰਮ ਕਾਜ ਵੀ ਜ਼ਰੂਰੀ ਹੁੰਦੇ ਨੇ। ਵੀਅਰਸ, ਜਿਸ ਤਰ੍ਹਾਂ ਅਸੀਂ ਪਿੰਡ ਦੇ ਲੋਕ ਹਾਂ ਨਾ, ਸਾਨੂੰ ਅਸੀਂ ਮਿਹਨਤ ਲੋਕ ਕਰਨੇ ਹਾਂ, ਐਸਾ ਵਾ ਸਾਡੀ ਕਣਕ ਦਾ ਰੇਟ ਬਿਲਕੁਲ ਨਹੀਂ ਲੱਗਾ, ਸਾਨੂੰ ਪਰੇਸ਼ਾਨੀਆਂ ਨਹੀਂ ਕਾਫੀ ਤੇ ਮਿਹਨਤ ਕਰਨੀ ਚਾਹੀਦੀ। ਚਲੋ ਅੱਲਾ ਪਾਕ ਜੋ ਵੀ ਇਨਸ਼ਾ ਅੱਲਾ ਪਾਕ ਦਿੰਦਾ ਰੋਟੀ ਉਸ ਦੀ ਮੰਨ ਲਿਆ, ਲੇਕਿਨ ਕੋਸ਼ਿਸ਼ ਇਹ ਕਰਨੀ ਚਾਹੀਦੀ ਕਿ ਬੰਦਾ ਜਿਤਨੀ ਹੋ ਸਕੇ ਮਿਹਨਤ ਕਰੇ, ਮਿਹਨਤ ਨੂੰ ਫਲ ਹੋ ਹੁੰਦਾ। ਜਿਤਨੀ ਅਸੀਂ ਮਿਹਨਤ ਕਰ ਸਾਂ ਅੱਲਾ ਪਾਕ ਸਨ ਉਹਦੀ ਜਜ਼ਾ ਦੇ ਸੀ, ਉਹਦਾ ਸਾਨੂੰ ਇਤਨਾ ਦੇ ਵਿੱਚ ਇਜ਼ਾਫਾ ਕਰ ਸੀ, ਸਾਨੂੰ ਮਿਹਨਤ ਕਰਨੀ ਚਾਹੀਦੀ। ਅਗਰ ਸਰ ਇਸ ਕਣਕ ਦਾ ਰੇਟ ਨਹੀਂ ਲੱਗਾ, ਇਨਸ਼ਾਅੱਲਾ ਅਗਲੀ ਦਫ਼ਾ ਅਸੀਂ ਕਾਮਯਾਬ ਹੋ ਸਾਂ, ਮਿਹਨਤ ਨਹੀਂ ਛੋੜਨੀ ਚਾਹੀਦੀ। ਕਿਸੇ ਫੀਲਡ ਵਿੱਚ ਵੀ ਹਾਂ, ਸਾਨੂੰ ਮਿਹਨਤ ਨਹੀਂ ਛੋੜਨੀ ਚਾਹੀਦੀ, ਸਾਨੂੰ ਉਸ 'ਤੇ ਮੁਕੰਮਲ ਪਹਿਰਾ ਦੇਣਾ ਚਾਹੀਦਾ, ਮਿਹਨਤ ਕਰਨੀ ਚਾਹੀਦੀ, ਲਗਨ ਨਾਲ ਕੰਮ ਕਰਨਾ ਚਾਹੀਦਾ। ਜੀ ਵੀਵਰਸ, ਮਾਰ ਇਮਰਾਨ ਸਾਹਿਬ ਸਾਡੇ ਕੋਲ ਆਏ ਨੇ, ਅੱਜ ਸਾਰਾ ਦਿਨ ਮਸਰੂਫ ਲੋਕ ਨੇ, ਸਾਰਾ ਦਿਨ ਮਸਰੂਫ ਰਿਹਾ। ਹੋਰ ਜੀ ਹੋਰ ਠੀਕ ਹੈ, ਕੀ ਹਾਲ ਹੈ? ਪੂਰਾ ਮੈਨਾ ਪੂਰਾ ਮੈਨਾ ਨਿੱਕੇ ਕਿਤੇ ਆਇਆ ਹੈ? ਕਿਤੇ ਆਇਆ? ਕਿਤੇ ਆਇਆ? ਹਾਂ ਕਿਤੇ ਆਇਆ? ਬਰਫ ਲੈਣ ਲੈ ਲਈ ਆਈ? ਹਾਂ। ਕੀ ਨਾਮ ਤੇਰਾ? ਨਾਂ ਕੀ? ਜੁਨੇਦ। ਵਾਹ ਜੀ, ਜੁਨੇਦ ਬਗਦਾਦੀ ਹੋ ਗਿਆ ਵਾ। ਜੀ ਵੀਅਰਸ, ਮੈਂ ਦਰਅਸਲ ਸੋ ਗਿਆ ਸੀ ਜਿਸ ਟਾਈਮ, ਹੁਣ ਇਸ ਜਿਸ ਤਰ੍ਹਾਂ ਮੈਂ ਸਾਰਾ ਦਿਨ ਮਸਰੂਫ ਰਿਹਾ, ਮਸਰੂਫੀਅਤ ਬੜੀ ਰਹੀ। ਅਸੀਂ ਜਿਪਸਮ ਮੰਗਾਈ ਹੋਈ ਆਈ, ਉਸਦੀ ਗੱਡੀ ਆਈ, 1000 ਬੋਰੀ ਆਈ ਉਸ 'ਤੇ, ਉਹ ਲਹਾਇਆ ਸਾਰਾ ਕੁਛ, ਲੇਬਰ ਲਾਈ ਰੱਖੀ ਹੈ ਅਤੇ ਫਿਰ ਗਿਆ ਉਹਨਾਂ ਨੇ ਖਾਣਾ ਦਿੱਤਾ ਸਾਰਾ ਕੁਛ। ਇਹ ਮਿਹਨਤ ਹੀ ਹੈ, ਹੱਥ ਨਾਲ ਕੰਮ, ਅੱਜ ਕੱਲ੍ਹ ਸਾਰਾ ਕੁਛ ਤੁਹਾਨੂੰ ਪਤਾ ਬੰਦਾ ਕਰਾਉਂਦਾ, ਲੇਕਿਨ ਹੱਥ ਨਾਲ ਕੰਮ ਘੱਟ ਹੀ ਕਰਦਾ, ਲੇਕਿਨ ਅਸੀਂ ਮਿਹਨਤ ਵੀ ਕਰਦੇ ਹਾਂ। ਜਿੱਦਾਂ ਬੰਦਾ ਮੈਂ ਇੱਕ ਹੱਥ ਨਾਲ ਕੰਮ ਹੁੰਦਾ, ਇੱਕ ਮੈਨੇਜ ਹੁੰਦਾ, ਉਹ ਬੰਦਾ ਮੈਨੇਜ ਕਰਦਾ, ਉਸਨੂੰ ਤਰਤੀਬ ਦਿੰਦਾ, ਔਰ ਤਰਤੀਬ ਦੇਣ ਵਾਲਾ ਬੜਾ ਇੱਕ ਫਨ ਹੁੰਦਾ, ਇਨਸਾਨ ਨੂੰ ਕਰਨਾ ਚਾਹੀਦਾ। ਅਤੇ ਮੁੰਜ ਦਾ ਸੀਜ਼ਨ ਸਟਾਰਟ ਹੋ ਰਿਹਾ ਅੱਗੇ, ਇਸ ਵਾਸਤੇ ਸਾਡੀ ਮਿਹਨਤ ਜਾਰੀ ਨੇ, ਇਨਸ਼ਾਅੱਲਾ ਲਾਭਾ ਕਾਮਯਾਬ ਕਰ ਸੀ। ਅਤੇ ਅਸੀਂ ਹੁਣ ਅੱਜ ਦਾ ਵਿਲਾਗ ਇੱਥੇ ਐਂਡ ਕਰਨੇ ਵਾ, ਅਤੇ ਇਸ ਦੇ ਨਾਲ ਤੁਹਾਡੇ ਕੋਲ ਇਜਾਜ਼ਤ ਚਾਹੀਏ, ਹੱਸਦੇ ਰਹੋ ਵੱਸਦੇ ਰਹੋ।
ਉੱਚੀਆਂ ਟਾਲਾਂ ਟਾਲਾਂ ਚ ਰਹੋ। ਅੱਲਾ ਹਾਫਿਜ਼।